ਸਭ ਤੋਂ ਪਹਿਲਾਂ ਦੌਰ ਸੀ ਬਲੈਕ ਐਂਡ ਵਾਈਟ ਦਾ, ਅਤੇ ਜੋ ਵੀ ਕੁਝ ਹੁੰਦਾ ਸੀ ਉਹ ਸਭ ਤੋਂ ਪਹਿਲਾਂ ਜੋ ਕੁਝ ਦਿਖਦਾ ਸੀ ਉਹ ਬਲੈਕ ਐਂਡ ਵਾਈਟ ਹੀ ਹੁੰਦਾ ਸੀ, ਜਿਵੇਂ ਕਿ ਵੀਡੀਓ ਕੈਮਰਾ, ਫੋਟੋ ਐਂਡ ਟੈਲੀਵਿਜ਼ਨ, ਸਭ ਕੁਝ ਬਲੈਕ ਐਂਡ ਵਾਈਟ ਹੀ ਦਿਖਦਾ ਸੀ। ਅਤੇ ਜਿਹੜਾ ਟੈਲੀਵਿਜ਼ਨ ਬਲੈਕ ਐਂਡ ਵਾਈਟ ਆ ਉਹਦੀ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀ 15 ਸਤੰਬਰ 1959 ਵਿੱਚ, ਫਿਰ 23 ਸਾਲ ਬਾਅਦ ਸ਼ੁਰੂਆਤ ਹੋਈ ਕਲਰ ਦੀ 5 ਅਪ੍ਰੈਲ 1982 ਵਿੱਚ, ਫਿਰ ਉਸ ਤੋਂ ਬਾਅਦ ਕਲਰ ਫੋਟੋਸ, ਕਲਰ ਵੀਡੀਓ, ਕਲਰ ਕੈਮਰਾ ਐਂਡ ਕਲਰ ਟੈਲੀਵਿਜ਼ਨ ਦੀ ਸ਼ੁਰੂਆਤ ਹੋਈ। ਫਿਰ ਉਸ ਤੋਂ ਬਾਅਦ 2 ਕਲਰ ਆ ਗਏ ਨੇ ਜਿਵੇਂ ਕਿ RGB ਐਂਡ CMYK। ਹੁਣ ਇਹਨਾਂ ਦੋਨਾਂ ਵਿੱਚ ਕੀ ਡਿਫਰੈਂਟ ਆ ਉਹ ਮੈਂ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਦੱਸਾਂਗਾ। ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ RGB। RGB ਕਿੰਨੇ ਕਲਰ ਦੇ ਵਿੱਚ ਬਣਦਾ? ਸਭ ਤੋਂ ਪਹਿਲਾਂ ਜਿਵੇਂ ਕਿ ਰੈੱਡ, ਗ੍ਰੀਨ, ਬਲੂ, ਅਤੇ ਜਿਹੜਾ ਸੈਂਟਰ ਵਾਲਾ ਪਾਰਟ ਹੋਏਗਾ ਉਹ ਵਾਈਟ ਹੋਏਗਾ। ਇਹ 3 ਕਲਰ ਦੇ ਨਾਲ RGB ਕਲਰ ਕ੍ਰੀਏਟ ਹੁੰਦੇ ਨੇ, ਅਤੇ ਇਹ ਕਿੱਥੇ ਕਿੱਥੇ ਯੂਜ਼ ਹੁੰਦੇ ਨੇ, ਲਾਈਕ ਜਿਵੇਂ ਕਿ ਮੋਨੀਟਰ, ਟੈਲੀਵਿਜ਼ਨ ਐਂਡ ਡਿਜੀਟਲ ਕੈਮਰਾ। ਅਤੇ ਜਿਹੜੇ RGB ਕਲਰ ਨੇ ਇਹ ਜ਼ਿਆਦਾ ਬ੍ਰਾਈਟ ਕਲਰ ਦਿਖਦੇ ਨੇ। ਅਤੇ ਨੈਕਸਟ ਹੈਗਾ ਜਿਵੇਂ ਕਿ CMYK। CMYK ਕਲਰ ਇਹਦੇ ਉਲਟ ਆ, ਇਹ ਜਿਹੜੇ ਕਲਰ ਆ ਇਹ ਬਿਲਕੁਲ ਡੱਲ ਕਲਰ ਦਿਖਦੇ ਨੇ। ਅਤੇ ਕਿੱਥੇ ਕਿੱਥੇ ਯੂਜ਼ ਹੁੰਦੇ ਨੇ ਅਤੇ ਕਿੰਨੇ ਕਲਰ ਦੇ ਨਾਲ CMYK ਕਲਰ ਬਣਦਾ? ਸਿਆਨ, ਮਜੈਂਟਾ, ਯੈਲੋ ਐਂਡ ਬਲੈਕ। ਇਹਦਾ ਵੀ ਜਿਹੜਾ ਸੈਂਟਰ ਵਾਲਾ ਪਾਰਟ ਹੋਏਗਾ ਸੈਂਟਰ ਦੇ ਵਿੱਚ ਬਲੈਕ ਕਲਰ ਦਿਖੇਗਾ ਤੁਹਾਨੂੰ। ਅਤੇ ਇਹ ਕਲਰ ਯੂਜ਼ ਹੁੰਦੇ ਨੇ ਪ੍ਰਿੰਟ ਮਟੀਰੀਅਲ ਦੇ ਵਿੱਚ, ਲਾਈਕ ਜਿਵੇਂ ਕਿ ਬਰੋਸ਼ਰ, ਬੀਨਸ ਕਾਰਡ ਐਂਡ ਪੋਸਟਰ। ਜਿਹੜੇ ਇਹ ਕਲਰ ਨੇ, ਇਹ CMYK ਕਲਰ, ਇਹ ਥੋੜ੍ਹੇ ਡੱਲ ਦਿਖਦੇ ਨੇ ਕਿਉਂਕਿ ਇਹ ਪ੍ਰਿੰਟ ਮੀਡੀਆ ਵਿੱਚ ਯੂਜ਼ ਹੁੰਦੇ ਨੇ। ਅਤੇ ਦੋਨਾਂ ਵਿੱਚ ਡਿਫਰੈਂਸ ਇਹੀ ਹੈ ਕਿ ਜਿਹੜੇ RGB ਨੇ ਇਹ ਸੋਸ਼ਲ ਮੀਡੀਆ, ਡਿਜੀਟਲ ਮੀਡੀਆ ਦੇ ਵਿੱਚ ਯੂਜ਼ ਹੁੰਦੇ ਨੇ, ਜ਼ਿਆਦਾ ਬ੍ਰਾਈਟ ਹੁੰਦੇ ਨੇ। ਜਿਹੜੇ CMYK ਕਲਰ ਨੇ ਉਹ ਪ੍ਰਿੰਟ ਮਟੀਰੀਅਲ ਦੇ ਵਿੱਚ ਯੂਜ਼ ਹੁੰਦੇ ਨੇ। ਬਾਕੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ, ਅਤੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ। ਸਤਿ ਸ਼੍ਰੀ ਅਕਾਲ ਜੀ, ਟੇਕ ਕੇਅਰ, ਬਾਏ।